ਪੰਜਾਬ ਦੀ ਇੱਕ ਵੱਖਰੀ ਆਇਡੈਂਟੀਟੀ ਹੈ, ਇੱਕ ਵੱਖਰੀ ਪਛਾਣ ਹੈ। ਇੱਥੇ ਸਾਡੇ ਨੌਜਵਾਨ ਭੁੱਖੇ ਮਰ ਰਹੇ ਨੇ ਅਤੇ ਬਾਹਰੋਂ ਆਣ ਕੇ ਲੋਕ ਇੱਥੇ ਕਾਰੋਬਾਰ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਹਕੂਮਤਾਂ ਫੈਸਿਲੀਟੇਟ ਕਰਦੀਆਂ ਨੇ। ਉਹਨਾਂ ਨੂੰ ਆਉਂਦੇ ਨੇ ਆਧਾਰ ਕਾਰਡ, ਰਾਸ਼ਨ ਕਾਰਡ। ਜੇ ਹਿਮਾਚਲ 'ਚ ਸਿੱਖ ਜ਼ਮੀਨ ਨਹੀਂ ਜਾਂ ਪੰਜਾਬ ਦਾ ਹਕੂਮਤ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਪੰਜਾਬ ਕੋਈ ਮਤਲਬ ਸ਼ਾਮਲਾਟ ਹੈ? ਜਿਹੜਾ ਇੱਥੇ ਆਵੇ ਮੂੰਹ ਚੁੱਕ ਕੇ ਜ਼ਮੀਨ ਖਰੀਦ ਕੇ ਬਹਿ ਜਾਏ। ਸੋ ਇਹ ਕਾਨੂੰਨ ਦੀ ਅਸੀਂ ਮੰਗ ਕੀਤੀ। ਇਹ ਕਾਨੂੰਨ ਇਕੱਲੇ ਸਿੱਖਾਂ ਵਾਸਤੇ ਤਾਂ ਨਹੀਂ ਹੈਗਾ, ਅਸੀਂ ਕਹਿੰਦੇ ਜੋ ਪੰਜਾਬ 'ਚ ਵੱਸਦੀਆਂ ਕੌਮਾਂ ਨੇ, ਜੋ ਸਦੀਆਂ ਤੋਂ ਇੱਥੇ ਰਹਿ ਰਹੀਆਂ ਨੇ, ਜਿਹੜੀਆਂ ਪੰਜਾਬੀ ਨੇ, ਜਿਹੜੇ ਪੰਜਾਬੀ ਬੋਲਦੇ ਨੇ, ਉਹਨਾਂ ਦਾ ਅਧਿਕਾਰ ਹੈ ਵੀ ਪੰਜਾਬ ਦੇ ਵਿੱਚ ਜੇ ਕੋਈ ਨੌਕਰੀ ਮਿਲੇ ਤਾਂ ਉਹਨਾਂ ਨੂੰ ਮਿਲੇ, ਜੇ ਪੰਜਾਬ 'ਚ ਜ਼ਮੀਨ ਖਰੀਦਣ ਦਾ ਅਧਿਕਾਰ ਹੋਵੇ ਤਾਂ ਕੇਵਲ ਉਹਨਾਂ ਕੋਲ ਹੋਵੇ। ਗੁਲਾਮਾਂ ਦੀ ਇੱਕ ਆਦਤ ਹੁੰਦੀ ਆ ਵੀ ਜਦੋਂ ਗੁਲਾਮਾਂ ਨੂੰ ਨੀਂਦ 'ਚ ਉਠਾਇਆ ਜਾਂਦਾ ਉਹ ਆਪਣੇ ਬੰਦੇ ਦਾ ਵਿਰੋਧ ਕਰਦੇ ਨੇ। ਸੁੱਤਿਆਂ ਨੂੰ ਉਠਾਓ ਕਿਤੇ ਸੁੱਤਾ ਬੰਦਾ ਉੱਠ ਕੇ ਕਿੱਦਾਂ ਗਲ ਪੈਂਦਾ? ਸੋ ਇਸ ਕਰਕੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਗੁਲਾਮੀ ਦੀ ਆਦਤ ਪੈ ਗਈ ਹੈ, ਬਹੁਤੇ ਤਾਂ ਗੁਲਾਮੀ ਦੇ ਵਿੱਚ ਆਪਣੀ ਜਗ੍ਹਾ ਲੱਭ ਕੇ ਬਹਿ ਗਏ ਨੇ। ਸੋ ਇਸ ਕਰਕੇ ਉਹਨਾਂ ਨੇ ਸਾਡਾ ਵਿਰੋਧ ਕਰਨਾ ਉਹਨਾਂ ਦਾ ਫਰਜ਼ ਹੈ, ਧਰਮ ਹੈ ਉਹਨਾਂ ਦਾ। ਮੇਰੇ ਖਿਆਲ ਨਾਲ ਨਾ ਜਿਹੜੀ ਲੌਜਿਕ ਅਤੇ ਕਾਮਨ ਸੈਂਸ ਤੋਂ ਉਲਟੀ ਗੱਲ ਹੈ ਵੀ ਜਿਹੜਾ ਏਜੰਸੀਆਂ ਦਾ ਜਿਹੜਾ ਹੈਗਾ ਹੈ, ਉਹ ਬੰਦੇ ਏਜੰਸੀਆਂ ਦੇ ਹੁੰਦੇ ਆ ਜਿਹੜੇ ਬੰਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਦੇ ਉਲਟ ਬੋਲਣ। ਹੁਣ ਏਜੰਸੀਆਂ ਤੁਸੀਂ ਦੱਸੋ ਜਿਹੜੀਆਂ ਆਪਾਂ ਮੰਨਦੇ ਵੀ ਸਿੱਖ ਵਿਰੋਧੀ ਹੈ, ਉਹ ਸਿੱਖਾਂ ਦੀ ਹੱਕਾਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਕਿਉਂ ਮੈਦਾਨ 'ਚ ਉਤਾਰਨਗੀਆਂ? ਇਹ ਤਾਂ ਵੈਸੇ ਕਾਮਨ ਸੈਂਸ ਦਾ ਮਸਲਾ ਹੈ, ਕਈਆਂ ਨੂੰ ਕਾਮਨ ਸੈਂਸ ਨਹੀਂ ਹੁੰਦੀ, ਉਹ ਇਹੋ ਜਿਹੇ ਸਵਾਲ ਕਰ ਲੈਂਦੇ। ਦੇਖੋ, ਹਕੂਮਤ ਨੇ ਉਹੋ ਜਿਹੇ ਬੰਦੇ ਰੱਖੇ ਨੇ, ਉਹ ਬੰਦਿਆਂ ਦਾ ਕੰਮ ਹੀ ਇਹ ਹੈ ਵੀ ਜਿਹੜੇ ਸਿੱਖ ਵਿਰੋਧੀ ਹੋਣਗੇ ਹਕੂਮਤ ਉਹਨਾਂ ਨੂੰ ਸ਼ੈ ਵੀ ਦਊਗੀ, ਸਿਕਿਉਰਿਟੀ ਵੀ ਦਊਗੀ, ਉਹਨਾਂ ਨੂੰ ਜੇਲ੍ਹਾਂ 'ਚ ਪਰੋਲ ਵੀ, ਜੇਲ੍ਹਾਂ ਦੇ ਅੰਦਰ ਵੀ ਸਹੂਲਤਾਂ ਦਊਗੀ। ਜਿਹੜੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਉਹਨਾਂ ਦਾ ਇਲਾਜ ਨਹੀਂ ਹੁੰਦਾ, ਉਹਨਾਂ ਦੀਆਂ ਮਾਵਾਂ ਮਰ ਜਾਣ, ਉਹਨਾਂ ਨੂੰ ਭੋਗਾਂ ਅਤੇ ਸੰਸਕਾਰਾਂ 'ਤੇ ਆਉਣ ਨਹੀਂ ਦਿੱਤਾ ਜਾਂਦਾ, ਸਿੱਖ ਕੈਦੀਆਂ ਨਾਲ ਇਹ ਵਤੀਰਾ ਕੀਤਾ ਜਾਂਦਾ। ਅਤੇ ਜਿਹੜੇ ਸਿੱਖਾਂ ਦੇ ਉਲਟ ਬੰਦੇ, ਇਹ ਆਪਾਂ ਨੂੰ ਨਿਰੰਕਾਰੀਆਂ ਦੇ ਵੇਲੇ ਵੀ ਵੇਖਿਆ ਸੀ, ਸਿੱਖਾਂ ਦੇ ਦਾ ਘਾਣ ਕਰਨ ਵਾਲਿਆਂ ਨੂੰ ਹਕੂਮਤ ਬਚਾਉਂਦੀ ਆਈ ਹੈ। ਪੁਲਿਸ ਅਫਸਰ ਜਿਹਨੇ ਸਿੱਖ ਮਾਰੇ ਆ ਉਹਨਾਂ ਨੂੰ ਹਕੂਮਤ ਹਾਈ ਕੋਰਟ ਸਟੇ ਦੇ ਦਿੰਦਾ ਵੀ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਕਰ ਲੈਣ, ਪਰ ਮੈਂ ਵੀ ਨਾਲ ਕਹਿੰਦਾ ਵੀ ਮੇਰੀ ਵੀ ਇਨਕੁਆਇਰੀ ਕਰ ਲੈਣ, ਅਤੇ ਨਾਲ ਉਹਨਾਂ ਦੇ ਵੀ ਕਰਨ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ, ਉਹਨਾਂ ਦੇ ਵੀ ਕਰਨ ਜਿਨ੍ਹਾਂ ਨੇ ਮੌੜ ਦਾ ਬੰਬ ਧਮਾਕਾ ਕਰਾਇਆ ਸੀ, ਉਹਦੀ ਇਨਕੁਆਇਰੀ ਕਿਹਨੇ ਰੋਕੀ ਹੈ? ਹਕੂਮਤ ਨੂੰ ਪੁੱਛੋ, ਜਦੋਂ ਤਾਰਾਂ ਜੁੜ ਗਈਆਂ, ਬੰਬ ਕਿੱਥੇ ਬਣਿਆ, ਕਾਰ ਕਿਹਦੀ ਵਰਤੀ ਗਈ ਹੈ, ਸਾਰਾ ਕੁਝ ਸਾਹਮਣੇ ਆ ਗਿਆ ਸੀ ਵੀ ਇਨਕੁਆਇਰੀ ਕਾਹਤੋਂ ਰੋਕੀ ਹੈ? ਜਿਹੜੀਆਂ ਇਨਕੁਆਇਰੀਆਂ ਉਹਨੂੰ ਕਿਹਾ ਤੁਸੀਂ ਰੋਕੀ ਬੈਠੇ ਸੋ ਬੇਅਦਬੀਆਂ ਦੀਆਂ ਦੂਜੀ ਤੀਜੀਆਂ, ਸਿੱਖਾਂ ਦਾ ਕਤਲੇਆਮ ਹੋਇਆ, ਸਿੱਖ ਧੀਆਂ ਭੈਣਾਂ ਦੀ ਬੇਪਤੀ ਹੋਈ ਦਿੱਲੀ 'ਚ, ਉਹਦੀਆਂ ਇਨਕੁਆਇਰੀਆਂ ਕਿਹਨੇ ਕਰਾਈਆਂ ਨੇ? ਅਤੇ ਮੈਂ ਕੀ ਐਸਾ ਕੀਤਾ ਹੈ? ਕਿਹੜਾ ਮੈਂ ਇੱਥੇ ਮਤਲਬ ਧਮਾਕਾ ਕਰ ਦਿੱਤਾ ਜਿਹੜੀ ਇਨਕੁਆਇਰੀ ਕਰਾਉਣੀ ਹੈ? ਮੇਰੀ ਇਨਕੁਆਇਰੀ ਕਰਾ ਲਓ, ਪਰ ਹਕੂਮਤ ਨੂੰ ਇਹ ਚਾਹੀਦਾ ਹੈ ਵੀ ਜਦੋਂ ਇਨਕੁਆਇਰੀਆਂ ਦੀ ਗੱਲ ਚੱਲੀ ਹੈ ਤਾਂ ਪਹਿਲਾਂ ਉਹ ਇਨਕੁਆਇਰੀਆਂ ਕਰਾਈਏ ਜਿੱਦਾਂ ਕਰਕੇ ਮੈਨੂੰ ਬੋਲਣਾ ਪੈ ਰਿਹਾ। ਜੇ ਉਹ ਇਨਕੁਆਇਰੀਆਂ ਟਾਈਮ 'ਤੇ ਹੋਈਆਂ ਹੁੰਦੀਆਂ ਤਾਂ ਮੈਨੂੰ ਇਹ ਗੱਲਾਂ ਨਾ ਕਰਨੀਆਂ ਪੈਂਦੀਆਂ। ਚੰਗੀ ਗੱਲ ਹੈ, ਉਠਾਉਣਾ ਚਾਹੀਦਾ, ਪਰ ਜੇ ਅਕਾਲੀ ਦਲ ਬਾਦਲੇ ਸੋਚ ਰਿਹਾ ਵੀ ਬੰਦੀ ਸਿੰਘਾਂ ਦਾ ਮੁੱਦਾ ਉਠਾ ਕੇ ਅਤੇ ਪੰਥ 'ਚ ਪ੍ਰਵਾਨ ਹੋ ਜਾਣਗੇ, ਇਹ ਕੰਮ ਨਹੀਂ ਹੋਣਾ। ਉਹਨਾਂ ਨੂੰ ਬੰਦੀ ਸਿੰਘਾਂ ਲਈ ਸੰਘਰਸ਼ ਕਰਨਾ ਚਾਹੀਦਾ, ਹਰ ਸਿੱਖ ਦਾ ਫਰਜ਼ ਹੈ ਸੰਘਰਸ਼ ਕਰਨਾ, ਪਰ ਉਹਨਾਂ ਨੂੰ ਇਹ 'ਚ ਰਾਜਨੀਤੀ ਨਹੀਂ ਵੇਖਣੀ ਚਾਹੀਦੀ। ਰਾਜਨੀਤੀ ਹੁਣ ਉਹਨਾਂ ਦੇ ਹਿੱਸੇ ਨਹੀਂ ਆਉਣੀ, ਇਹ ਲਿਖਾ ਕੇ ਲੈ ਲਓ। ਪੰਜਾਬ ਦਾ ਮਾਹੌਲ, ਜਦੋਂ 16-16-15 ਸਾਲਾਂ ਦੇ ਜਵਾਕ ਚਿੱਟੇ ਦਾ ਟੀਕਾ ਲਾ ਕੇ ਮਰ ਰਹੇ ਹੋਣ, ਅਤੇ ਮੈਨੂੰ ਇਹ ਬੰਦਾ ਦੱਸੇ ਵੀ ਮਾਹੌਲ ਸਹੀ ਕਿੱਥੇ ਹੈ? ਅਤੇ ਜੇ ਮਾਹੌਲ ਪਹਿਲਾਂ ਵਿਗੜਿਆ ਤਾਂ ਮੈਂ ਤਾਂ ਨੌਜਵਾਨਾਂ ਨੂੰ ਇਹੋ ਕਹਿ ਰਿਹਾ ਵੀ ਮਰਨਾ ਜੇ ਹੈਗਾ ਕਣਕ ਦੀ ਮੌਤ ਮਰੋ, ਕੋਈ ਸੂਰਮਿਆਂ ਦੀ ਮੌਤ ਮਰੋ, ਕੋਈ ਧਰਮ ਲਈ ਮੌਤ ਆਪਣੀ ਜੇ ਆਵੇ ਉਹਨੂੰ ਤਾਂ ਅਸੀਂ ਖੁਸ਼ ਹੋ ਕੇ ਕਹੀਏ ਵੀ ਕੋਈ ਸ਼ਹੀਦ ਹੋਇਆ, ਇਹੋ ਜਿਹੀ ਮੌਤ ਨਾਲੋਂ ਚੰਗਾ ਹੈ ਨਾਲੇ ਤਾਂ ਘਰ ਦੇ ਜਿਉਂਦੇ ਜੀ ਮਰੇ ਅਰਗੇ ਆ, ਅਤੇ ਇਹਨੂੰ ਚੰਗਾ ਵੀ ਆਪਾਂ ਕੋਈ ਪੰਥ ਲਈ ਸੰਘਰਸ਼ ਕਰੀਏ, ਉੱਥੇ ਮਰਨਾ ਪੈ ਜਾਂਦਾ ਮਰ ਜਾ। ਸਿਕਿਉਰਿਟੀ ਨੇ ਤੁਹਾਨੂੰ ਕੀ ਕਿਹਾ? ਸੋ ਇਸ ਕਰਕੇ ਇਹ ਬਾਣੇ ਵਾਲੇ ਸਿੰਘ ਹੈ, ਅਤੇ ਬਾਣਾ ਸੰਤਾਂ ਨੇ ਪਾਇਆ, ਸੰਤਾਂ ਤੋਂ ਪਹਿਲਾਂ ਵੀ ਪੈਂਦਾ ਸੀ, ਬਾਅਦ 'ਚ ਵੀ ਪਾਉਂਦੇ ਆਏ ਆ, ਹੈਂ? ਹੁਣ ਕਿੰਨੇ ਲੋਕ ਇਹ ਬਾਣਾ ਪਾ ਰਹੇ ਸਾਰੀਆਂ ਟਕਸਾਲਾਂ ਵਾਲੇ? ਇਤਰਾਜ਼ ਮੇਰੇ ਪਾਉਣ 'ਤੇ ਕਿਉਂ ਕੀਤਾ ਜਾ ਰਿਹਾ? ਮੈਂ ਬਾਣਾ ਗੁਰੂ ਦਾ ਪਾਇਆ, ਗੁਰੂ ਵੱਲੋਂ ਬਖਸ਼ਿਆ, ਗੁਰੂ ਵੱਲੋਂ ਬਖਸ਼ਿਆ ਦਮਾਲਾ ਹੈ, ਗੁਰੂ ਵੱਲੋਂ ਬਖਸ਼ੇ ਸ਼ਸਤਰ ਪਾਏ ਨੇ, ਮੇਰੇ ਪਾਉਣ 'ਤੇ ਕਿਉਂ ਇਤਰਾਜ਼ ਹੈ? ਕਿਉਂਕਿ ਮੈਂ ਇਹ ਗੱਲ ਕਹੀ ਆ ਵੀ ਬਾਣਾ ਪਾ ਕੇ ਹਰਾਮ ਨਹੀਂ ਕਰੀਦਾ, ਬਾਣਾ ਪਾ ਕੇ ਪੰਥ ਦੇ ਹੱਕਾਂ ਦੀ ਗੱਲ ਕਰੀਦੀ ਹੈ, ਅਤੇ ਜਿਹੜੇ ਉਹਨਾਂ ਨੂੰ ਇਤਰਾਜ਼ ਤਾਂ ਹੋਣਾ ਹੀ ਆ ਜਿਹੜੇ ਬਾਣਾ ਪਾ ਕੇ ਵਿਹਲੇ ਬੈਠੇ। ਕਹਿੰਦਾ ਵੀ